ਪੰਜਾਬ ਵਿੱਚ ਰੋਜ਼ਾਨਾ ਹੁੰਦੇ ਅਨੇਕਾਂ ਸੜਕ ਹਾਦਸਿਆਂ ਦੌਰਾਨ ਅੱਜ ਬਟਾਲਾ ਜਲੰਧਰ ਬਾਈਪਾਸ ਕੋਲ ਹੋਏ ਇੱਕ ਸੜਕ ਹਾਦਸੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਨਿੱਜੀ ਸਹਾਇਕ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਬਟਾਲਾ ਦੇ MLA ਅਮਨ ਸ਼ੇਰ ਸਿੰਘ ਸ਼ੈਰੀਕਲਸੀ ਦੇ PA ਉਪਦੇਸ਼ ਕੁਮਾਰ ਅਤੇ MLA ਦੇ ਤਾਏ ਦਾ ਲੜਕਾ ਗੁਰਲੀਨ ਸਿੰਘ ਅਤੇ ਉਹਨਾਂ ਦਾ ਇੱਕ ਹੋਰ ਦੋਸਤ ਸੁਨੀਲ ਦੀ ਮੌਤ ਹੋ ਗਈ। ਇਸੇ ਗੱਡੀ ਵਿੱਚ ਸਵਾਰ MLA ਸ਼ੈਰੀ ਕਲਸੀ ਦੇ ਛੋਟੇ ਭਰਾ ਅਮਰਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚੱਲ ਰਿਹਾ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ DSP ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ ਪੰਜ ਨੌਜਵਾਨ ਦੇਰ ਰਾਤ ਕਿਸੇ ਪਾਰਟੀ ਤੋਂ ਬਟਾਲਾ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋ ਗਈ। ਇਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਰਾਤ ਹੀ ਸਪਨੇ ਦੇ MLA ਸਟਾਫ ਜਿਹੜੇ ਹੈਗੇ ਸੀ, PA ਸਾਹਿਬ ਪਲੱਸ ਉਹਨਾਂ ਦੇ ਇੱਕ ਰਿਲੇਟਿਵ ਸੀ ਜੀ, ਸਮੇਤ ਪੰਜ ਬੰਦੇ ਆ ਰਹੇ ਸੀ ਪਾਰਟੀ ਤੋਂ ਵਾਪਸ ਅਤੇ ਇਹਦਾ 'ਚ ਟਾਇਰ ਫਟਣ ਨਾਲ ਡਿਵਾਈਡਰ 'ਚ ਵੱਜਣ ਨਾਲ 3 ਮਿੰਟ ਦੀ ਮੌਕੇ ਦੀ ਡੈਥ ਹੋਈ, 2 ਜ਼ਖਮੀ ਹੋਏ ਨੇ ਜੀ। ਕਿੰਨਾ ਕਿੰਨਾ ਡੈਥ? ਇੱਕ ਉਪਦੇਸ਼ ਉਹਨਾਂ ਦਾ PA ਜੀ, ਉਪਦੇਸ਼ ਸਨ ਅਸ਼ੋਕ ਕੁਮਾਰ ਵਾਸੀ ਦੌਰਾਨ ਅੰਗਲ, ਗੁਰਲੀਨ ਸਿੰਘ ਸਨ ਬੇਅੰਤ ਸਿੰਘ ਹਾਊਸ ਨੰਬਰ 165 ਕਰਨਪੁਰਾ ਕਲੋਨੀ ਨਵੀਂ ਦਿੱਲੀ, ਸੁਨੀਲ ਸਨ ਸੁਰਜੀਤ ਵਾਸੀ ਰਾਧਾ ਕ੍ਰਿਸ਼ਨ ਕਲੋਨੀ ਦੌੜਾ ਨੰਗਲ ਜੀ। 3 ਵਜੇ ਤੱਕ ਜ਼ਖਮੀ ਇਹ ਆਪਣੇ ਹੋਇਆ ਜੀ ਪੁਲਿਸ ਸਟੇਸ਼ਨ ਦੇ ਕੋਲ ਜੀ। ਬਟਾਲਾ ਤੋਂ ਸਾਡਾ TV ਲਈ ਲਵਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।